ਅਸਲਾਮ ਵਾਲੇਕਮ ਸਿਆਸੀ ਦੇ ਰਾਤੇ ਖੁਸ਼ ਆਮ ਦੇ ਹਜ਼ੂਰ ਸਦੀ ਦੁਆਇ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿਠਾ ਜੀ ਵਡੀਆਂ ਖਬਰਾਂ ਇੱਕ ਵਾਰੀ ਫੇਰ ਲੈ ਕੇ ਮੈਂ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕਿਆ ਸੁਪਰੀਮ ਕੋਰਟ ਦੇ ਵਿੱਚ ਮੋਰੀ ਜੱਜ ਦੌੜਗਿਆ ਮੁਨੀਬ ਅਖਤਰ ਅਸੀਂ ਤੁਹਾਨੂੰ ਦੱਸਿਆ ਸੀ ਕਿ ਮੁਨੀਬ ਅਖਤਰ ਦਾ ਮੁੰਡਾ ਜਿਹੜਾ ਹੁਸੈਨ ਅਖਤਰ ਉਹਨੇ ਆਪਣੇ ਇੱਕ ਯਾਰ ਸੱਜਣ ਦੇ ਨਾਲ ਸ਼ਾਦੀ ਕਰ ਲਈ ਔਰ ਉਹ ਬਰੂ ਨੇ ਮੁਲਕ ਚੜਾਇ ਆਪਣੀ ਜ਼ਿੰਦਗੀ گزار ਰਿਹਾ ਮੁੰਡੇ ਦੇ ਨਾਲ ਮੁੰਡੇ ਵਾਲੀ ਖੇਡ ਕਰਕੇ ਬੜੀ ਅੱਛੀ ਗੱਲ ਹੈ ਇਹ ਇਹ ਉਹਦਾ ਆਪਣਾ ਆਜ਼ਾਦੀ ਮਾਮਲਾ ਮੈਂ ਕਿਹਾ ਮੈਂ ਨਾਲ ਨਾਲ ਤੁਹਾਨੂੰ ਦੱਸਤਾ ਵੀ ਰਾਵਾਂ ਕਿ ਮਾਮਲਾ ਜਿਹੜੇ ਨੇ ਓਕੇ ਸਾਧ ਤੱਕ ਵਿਗੜੇ ਨੇ ਇਹ ਮੁਨੀਬ ਅਖਤਰ ਜਿਹੜਾ ਉਹ ਬੈਂਚ ਤੋਂ ਉੱਠ ਗਿਆ ਕਿਉਂਕਿ 2 ਸਾਲ ਪਹਿਲੇ ਹਮਜ਼ਾ ਸ਼ਿਹਾਸ ਦੀ ਹਕੂਮਤ ਗਰਾਂਡ ਦੇ ਵਿੱਚ ਜਿਹੜਾ ਫੈਸਲਾ ਦਰਜ ਕੀਤਾ ਗਿਆ ਸੀ ਲਿਖਿਆ ਗਿਆ ਸੀ ਉਹ ਮੁਨੀਬ ਅਖਤਰ ਨੇ ਲਿਖਿਆ ਸੀ ਤੇ ਉਹਦੀ ਹੋ ਨਜ਼ਰਸਾਨੀ ਅਪੀਲ ਹੈ ਤੇ ਉਸ ਅਪੀਲ ਦੇ ਵਿੱਚ ਉਹ ਨਸ ਗਿਆ ਹੈ ਕਿ ਮਤਲਬ ਕਿ ਕਿਸ ਤਰ੍ਹਾਂ ਉਹ ਸੋਚਦਾ ਹੈਗਾ ਕਿ ਮੈਂ ਜੋ ਜਿਹੜੀ ਜੋ ਕਰ ਚੁੱਕੇ ਹਾਂ ਪੈਸੇ ਲੈ ਕੇ ਇਹ ਹੁਣ ਮੈਨੂੰ ਹੁਣ ਇਹ ਸਹੀ ਕਰਨਾ ਪੈਣਾ ਤੇ ਮੈਂ ਕੀ ਲਿਖਾਂਦਾ ਇੱਥੇ ਮੈਂ ਇੱਥੇ ਡੀ ਚੌਕ ਵਾਲੀਆਂ ਮਾਈਆਂ ਦੀਆਂ ਚੱਡੀਆਂ ਜਿਹੜੀਆਂ ਨੇ ਉਹਨਾਂ ਦੇ ਸਹਜ ਲਿਖਾਂਦਾ ਇਸ ਵਾਸਤੇ ਉਹ ਜਿਹੜਾ ਹੈ ਨਾ ਇਹ ਦੌੜ ਗਿਆ ਲੇਕਿਨ ਬੈਂਚ ਜਿਹੜਾ ਉਹ ਕੱਲ ਤੋਂ ਫਿਰ ਕੰਮ ਜਿਹੜਾ ਇਹ ਸ਼ੁਰੂ ਕਰੇਗਾ ਤੇ ਅੱਜਆਂ ਖਬਰਾਂ ਜਿਹੜੀਆਂ ਨੇ ਉਹ ਆਣ ਗਿਆ 63ਏ ਦੀ ਤਸ਼ਰੀਹ ਦੀ ਨਜ਼ਰੇ ਸਾਨੀ ਦਾ ਕੇਸ ਜਿਹੜਾ ਉਹ ਕੱਲ ਤੋਂ ਕੋਈ ਹੋਰ ਨਵਾਂ ਜੱਜ ਕੋਈ ਕਾਜ਼ੀ ਸਾਹਿਬ ਪਾ ਕੇ ਤੇ ਇਹਨੂੰ ਨਵੇੜ ਦੇਣ ਗਿਆ ਸਿੱਧਾ ਸਿੱਧਾ ਕੇਸ ਹੈ ਅੱਲਾਹ ਅੱਲਾਹ ਤੇ ਖੈਰ ਸਲਾਹ ਇਹਦੇ ਚ ਕਿਹੜਾ ਕੋਈ ਰਾਕੇਟ ਸਾਇੰਸ ਹੈ ਖਬਰਾਂ ਜਿਹੜੀਆਂ ਲੈ ਕੇ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋਇਆ ਡੀ ਚੌਕ 'ਚ ਧਰਨੇ ਦਾ ਐਲਾਨ ਮੌਜਾਂ ਲੱਗੀਆਂ ਵੀ ਮੁੰਡਿਓ ਚైనా ਦੇ ਵਜ਼ੀਰ ਆਜ਼ਮ ਦਾ ਦੌਰਾ ਪਾਕਿਸਤਾਨ ਗੰਡਾਪੁਰ ਖਵਤਿਨ ਨਾਲ ਜ਼ਿਆਤੀ ਔਰ ਤਸ਼ੱਦਦ ਇੱਕ ਹੀ ਮਾਮਲਾ ਇਹ ਦੱਸਨੇ ਲਾਹੌਰ ਦੇ ਵਿੱਚੋਂ ਗੰਦੀ ਯੂਥਨ ਗ੍ਰਿਫਤਾਰ ਇਹ ਮਾਮਲਾ ਵੀ ਤੁਹਾਡੇ ਸਾਹਮਣੇ ਅਸੀਂ ਰੱਖਨੇ ਆ ਇਸ ਤੋਂ ਪਹਿਲੇ ਅਸੀਂ ਅੱਗੇ ਚਲੀਏ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਆ ਕਰੋ ਔਰ ਅਗਾਵੀ ਤੁਸੀਂ ਇਹਨੂੰ ਇਮਾਨਦਾਰੀ ਦੇ ਨਾਲ ਟੋਰ ਲਿਆ ਕਰੋ ਜਿੰਨਾ ਜ਼ਿਆਦਾ ਕਮਾ ਸਕਦੇ ਹੋ ਤੇ ਟੱਲੀ ਬੈਲ ਜਿਹੜੀ ਆ ਉਹ ਲਾਜ਼ਮੀ ਵਜਾਇਆ ਕਰੋ ਅੱਛਾ ਜੀ ਸਭ ਤੋਂ ਪਹਿਲੇ ਅਸੀਂ ਚਲੋ ਗੰਦੀ ਯੂਥਨ ਤੋਂ ਆਗਾਜ਼ ਕਰ ਲੈਂਦੇ ਆ ਲਾਹੌਰ ਦੇ ਵਿੱਚੋਂ ਗੰਦੀ ਯੂਥਨ ਗ੍ਰਿਫਤਾਰ ਇਹ ਹੁਣ ਸਰਕਾਰ ਮਾਮਲਾ ਕੀ ਆ ਆ ਪਿਛੇ ਮੰਡੀ ਮਵੇਸ਼ੀਆਂ ਲਾਹੌਰ ਦੇ ਵਿੱਚ ਜਦੋਂ ਜਾਨਵਰਾਂ ਦਾ ਜਲਸਾ ਸੀ ਔਰ ਉਸ ਜਲਸੇ ਦੇ ਵਿੱਚ ਕੋਈ 2 ਕੁ ਦਰਜਨ ਅਫਗਾਨੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹੜੇ 9 ਮਈ ਦੇ ਵਿੱਚ ਮਲਬਸੇ ਔਰ ਉਹਨਾਂ ਨੂੰ ਫਿਰ ਜਾ ਕੇ ਜਿੱਥੇ ਜਿੱਥੇ ਵੀ ਡਕਣਾ ਸੀ ਥਾਣੇ ਦੇ ਵਿੱਚ ਡੱਕ ਦਿੱਤਾ ਤੇ ਉਹ ਉਹ ਢੱਕੇ ਗਿਆ ਤੇ ਉਸ ਤੋਂ ਬਾਅਦ ਹੁੰਦਾ ਕੀ ਹੈ ਕੱਲ ਇੱਕ ਯੂਥਨ ਲੌਰਡ ਫੈਂਸਟੀ ਉਹਨੇ ਕੀ ਕਿਤਾਬ ਉਹਨੇ ਕਿਦਰੋਂ ਪੁਲਿਸ ਦੀ ਵਰਦੀ ਜਿਹੜੀ ਹੈ ਨਾ ਖਵਤਿਨ ਦੀ ਉਹ ਕਿਦਰੋਂ ਨੇ ਕਿਰ ਲਈ ਜਾਂ ਕਿਦਰੋਂ ਖਰੀਦ ਲਈ ਜਾਂ ਕਿਸੇ ਕੋਲੋਂ ਮੰਗ ਲਈ ਮਤਲਬ ਕਿ ਜੋ ਵੀ ਉਹਨੇ ਕੋ ਤੰਦਾ ਕੀਤਾ ਉਹਨੇ ਵਰਦੀ ਜਿਹੜੀ ਹੈ ਨਾ ਉਹ ਲੱਭ ਲਈ ਕਿਦਰੋਂ ਇਹ ساری ਗੱਲ ਕਿਦਰੋਂ ਖਰੀਦੀ ਹੋਣੀ ਇਹ ਨੂੰ ਪਤਾ ਨਹੀਂ ਕਾਨੂੰਨ ਤੇ ਬਣ ਚੁੱਕਿਆ ਹੈ ਵੀ ਤੁਸੀਂ ਕਿਸੇ ਨੂੰ ਵਰਦੀ ਪੁਲਿਸ ਦੀ ਜਾਂ ਕਿਸੇ ਵੀ ਸਕਿਉਰਿਟੀ ਫੋਰਸਸ ਦੀ ਵਰਦੀ ਜਿਹੜੀ ਹੈ ਉਹ ਕੋਈ ਨਹੀਂ ਵੇਚ ਸਕਦਾ ਇਸ ਤਰ੍ਹਾਂ ਪ੍ਰਾਈਵੇਟ ਹਸਾਕ ਦਾ ਵਿੱਚ ਪਤਾ ਨਹੀਂ ਉਹਨੇ ਜੁਗਾੜ ਲਾ ਕੇ ਉਹਨੇ ਵਰਦੀ ਲੈ ਲਏ ਵਰਦੀ ਵਰਦੀ ਲੈ ਕੇ ਪਾ ਕੇ ਬੂਟ ਸ਼ੂਟ ਪਾ ਕੇ ਤੇ ਉਹ ਉਸ ਥਾਣੇ ਦੇ ਵਿੱਚ ਦਾਖਲ ਹੋ ਜਾਂਦੀ ਜਿੱਥੇ ਉਹ ਦੋ ਦਰਜਿਤ ਅਫਗਾਨੀ ਢੱਕੇ ਸੀ ਆਪਣੇ ਦੇ ਲੋ ਉਹਨਾਂ ਨੂੰ ਛਡਾਣ ਗਈ ਇਹ ਯੁੱਥਣ ਜਿਹੜੀ ਇਹਦਾ ਨਾਮ ਹੈ ਫਰਾ ਇਹ ਲਾਹੌਰ ਡਿਫੈਂਸ ਦੀ ਤੇ ਚੰਗੀ ਭਲੀ ਖਾਂਦੀ ਪੀਂਦੀ ਹੈ ਫੁੱਲ ਮਾਹੌਲ ਤੇ ਮਿੱਠੇ ਚਾਹਲ ਸੋ ਬੜੀ ਟਿਕਾ ਕੇ ਹਾਂ ਜੀ ਜੀ ਅੱਛਾ ਇਹ ਸਰਕਾਰ ਉਹ ਥਾਣੇ ਦੇ ਵਿੱਚ ਦਾਖਲ ਹੋ ਜਾਂਦੀ ਆ ਤੇ ਉੱਥੇ ਉਹ ਡਕੇ ਸਨ ਉਹ ਅਫਗਾਨੀ ਤੇ ਉੱਥੇ ਜਾ ਕੇ ਥਾਣੇਦਾਰ ਨੂੰ ਕਹਿੰਦੀ ਹੈ ਕਿ ਮੈਂ ਮੇਰਾ ਨਾਮ ਐਸਪੀ ਫਲਾਣੀ ਹੈ ਤੇ ਮੈਂ ਐਸਪੀ ਐਸਪੀ ਮੈਂ ਫਲਾਣੀ ਹੈ ਤੇ ਮੈਂ ਇਹਨਾਂ ਨੂੰ ਰਿਹਾ ਕਰ ਦੇ ਇਹਨਾਂ ਦੇ ਖਿਲਾਫ ਕੋਈ ਵੀ ਐਸਾ ਜੁਰਮ ਨਹੀਂ ਹੈ ਇਹਨਾਂ ਨੇ ਕੁਝ ਵੀ ਕੀਤਾ ਇਹਨਾਂ ਨੂੰ ਫੌਰੀ ਤੌਰ ਤੇ ਰਿਹਾ ਕਰ ਦਿੱਤਾ ਜਾਏ ਮੇਰਾ ਹੁਕਮ ਹੈ ਉਹ ਥਾਣੇਦਾਰ ਤੁਹਾਨੂੰ ਪਤਾ ਹੈ ਉਹ ਪੂਰੇ ਦਿਨਾਂ ਦੇ ਹੁੰਦੇ ਨੇ ਔਰ ਉਹਨਾਂ ਨੂੰ ਤੇ ਇੱਕ ਇੱਕ ਚੀਜ਼ ਦੀ ਖਬਰ ਹੁੰਦੀ ਹੈ ਮਤਲਬ ਕਿ ਕੀ ਸਾਹਤਾ ਬੇ ਉਹ ਥਾਣੇਦਾਰ ਜਿਹੜਾ ਮਾਈ ਵੇਖ ਕੇ ਤੇ ਉਹਨੇ ਕਿਹਾ ਇਹ ਕਿ ਕਿਥੋਂ ਆ ਗਈ ਬੜਾ ਤੇ ਜਦੋਂ ਉਹਨੇ ਉਹਦੀ ਵਰਦੀ-ਵਰਦੀ 'ਤੇ ਧਿਆਨ ਮਾਰਿਆ ਤੇ ਉਹਦੇ ਸਾਥਕਾਵਲ ਉਹਨੇ ਕਿਹਾ ਇਹ ਗੜਬੜ ਹੈ ਇਹ 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 ਅਸਲ ਨਹੀਂ ਹੋ ਸਕਦੀ ਉਹਨੇ ਉੱਤੇ ਆਪਣੇ ਅਫਸਰ ਨੂੰ ਕਿਸੇ ਨੂੰ ਫੋਨ ਕੀਤਾ ਉਹਨੇ ਕਿਹਾ ਜੀ ਇਹ ਐਸਨਾ ਦੀ ਕੋਈ ਹੈ ਸਾਡੀ ਕੋਈ ਏਐਸਪੀ ਤੇ ਥਾਣੇਦਾਰ ਨੇ ਉਹਨੂੰ ਕਿਹਾ ਬੈਜ ਆਪਣਾ ਵਹਾੜ ਉਹਨੇ ਕਿਹਾ ਬੈਜ ਮੈਂ ਘਰ ਰੱਖਿਆ ਹਾਂ ਜਲਦੀ ਜਲਦੀ ਛਰਾਤੀ ਮੈਂ ਕਿਸੇ ਕੋਲ ਸੀ ਤੇ ਮੈਂ ਬੈਜ ਉੱਥੇ ਛੱਡ ਦਿੱਤਾ ਉਹ ਅਫਸਰ ਨੇ ਕਿਹਾ ਜੀ ਇਹ ਤਾਂ ਕੋਈ ਨਹੀਂ ਇਹਨੂੰ ਫੜ ਲਓ ਗ੍ਰਿਫਤਾਰ ਕਰ ਲਓ ਉਹ ਫਿਰ ਇਹ ਜਿਹੜੀ ਨੌਸਰਬਾਜ਼ ਯੂਥਨ ਮਾਈ ਸੀ ਲਾਹੌਰ ਡਿਫੈਂਸ ਦੀ ਫਰਾ ਇਹ ਜਿਹੜੀ ਯੂਥੀ ਅਫਗਾਨੀਆਂ ਨੂੰ ਛੁਡਾਣ ਆਈ ਸੀ ਉਹਨਾਂ ਨੂੰ ਫਿਰ ਥਾਣੇ ਥਾਣੇਦਾਰ ਨੇ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਦੇ ਨਾਲ ਹੀ ਅੰਦਰ ਡੱਕ ਦਿੱਤਾ ਅਫਗਾਨੀਆਂ ਦੇ ਨਾਲ ਹੀ ਜਿੱਥੇ ਉਹ ਡਿੱਤੇ ਸੀ ਤੇ ਇਹ ਗੰਦੀ ਮਾਈ ਜਿਹੜੀ ਆ ਇਹ ਲਾਹੌਰ ਦੇ ਵਿੱਚੋਂ ਨੌਸਰਬਾਜ਼ੀ ਕਰਦੇ ਆ ਆ ਗ੍ਰਿਫਤਾਰ ਕਰ ਲਈ ਗਈ ਤੁਸੀਂ ਅੰਦਾਜ਼ਾ ਲਾ ਲਓ ਯਾਰ ਕਿဆੀਆਂ-ਕਿဆੇ ਸਕੀਮਾਂ ਲਾਉਂਦੇ ਨੇ ਕੀ ਇਹਨਾਂ ਸਮਝਿਆ ਇਸ ਮੁਲਕ ਨੂੰ ਕੀ ਇਹਨਾਂ ਦੇ ਜ਼ਿਹਨ ਦੇ ਵਿੱਚ ਹੁੰਦਾ ਹੈ ਕਿ ਇਹ 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 ਵਾਰਸ ਕਿੰਨਾ ਗੰਦਾ ਜਿਹੜਾ ਇਹ ਵੱਡ ਚੁੱਕਿਆ ਤੇ ਬਾਹਰ ਮਾਈ ਜਿਹੜੀ ਆ ਇਹ ਫੱਦੀ ਗਈ ਜੇ ਅੱਗੇ ਜਨਾਬ ਤੁਸੀਂ ਆ ਜੋ ਗੰਡਾਪੁਰ ਖਵਤਿਨ ਦੇ ਨਾਲ ਜ਼ਿਆਤੀ ਔਰ ਤਸ਼ੱਦਦ ਗੰਡਾਪੁਰ ਵੈਸੇ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਇਹ ਇੱਕ ਤਵਾਇਫ ਇੱਚੋਂ ਹੈ ਕਰਾਚੀ ਦੀ ਇੱਕ ਤਵਾਇਫ ਸੀ ਪੁਰਾਣੀ ਗੱਲ ਹੈ ਕੋਈ 50 50 ਸਾਲ ਪੁਰਾਣੀ 45 50 ਸਾਲ ਪੁਰਾਣੀ ਗੱਲ ਤੇ ਉਹ ਇਹਦਾ ਪਿਓ ਬੜਾ ਯਾਦ ਸੀ ਤੇ ਇਹਨੇ ਉਹ ਕੇ ਰੀ ਤੇ ਗਣੇਸ਼ਾ ਨੇ ਸੁਣਨੇ ਔਰ ਸਾਰਾ ਕੁਛ ਕਰਨਾ ਔਰ ਉਸ ਤੋਂ ਬਾਅਦ ਅੰਦਰ ਇਹ ਯੁੱਥੀ ਆ ਠਹਿਰ ਗਿਆ ਤੇ ਉਸ ਤੋਂ ਬਾਅਦ ਇਹ ਨਿਕਲਿਆ ਤੇ ਇਹਨੂੰ ਫਿਰ ਆਪਣੇ ਇਜੜ ਦੇ ਵਿੱਚ ਸ਼ਾਮਿਲ ਕਰ ਲਿਆ ਮਤਲਬ ਕਿ ਬੀ ਹੀ ਗਲਤ ਤ੍ਰੀਤਾ ਹੈ ਇਹਦੇ ਬਾਰੇ ਹੁਣ ਇਹ ਇਨਕਸ਼ਾਫ ਹੁੰਦਾ ਪਖਤੂਨ ਹਾ ਦਾ ਇਹੜਾ ਰਿਕਾਰਡ ਪੁਲਿਸ ਦਾ ਉਹ ਦੱਸਦਾ ਕਿ ਇਹਦੇ ਖਿਲਾਫ ਕੋਈ 16 ਮੁਕਦਮਾਤ ਨੇ ਖਵਤਿਨ ਦੇ ਨਾਲ ਜ਼ਿਆਤੀ ਤਸ਼ੱਦਦ ਔਰ ਖਵਤੀਨ ਨੂੰ ਜਿਹੜੀਆਂ ਨੂੰ ਖਰਤੂਨ ਪਸੰਦ ਆਂਦੀ ਸੀ ਫਰਜ਼ ਕਰੋ ਡੇਰਾ ਇਸਮਾਇਲ ਖਾਨ ਦੇ ਵਿੱਚ ਸਕੂਲ ਤੇ ਲੜਕੀ ਸਕੂਲ ਜਾ ਰਹੀਆਂ ਲੜਕੀਆਂ ਵੈਗਨ ਤੇ ਰਖਸ਼ੇ ਤੇ ਟਾਂਗੇ ਤੇ ਸਾਈਕਲ ਤੇ ਜਿਵੇਂ ਵੀ ਤੇ ਕਾਲਜ ਜਾ ਰਹੀਆਂ ਜਾਂ ਜੋ ਵੀ ਜਾਂ ਬਾਜ਼ਾਰ ਦੇ ਵਿੱਚ ਕੋਈ ਪਸੰਦ ਆ ਯਾਨੀ ਇਹ ਕੀ ਕਰਦਾ ਸੀ ਉਹਨਾਂ ਨੂੰ ਠਵਾ ਲੈਂਦਾ ਸੀ ਔਰ ਉਠਵਾ ਕੇ ਤੇ ਆਪਣੇ ਢੇਰੇ ਤੇ ਲੈ ਜਾਂਦਾ ਸੀ ਉੱਥੇ ਉਹਨਾਂ ਨੂੰ ਬਰਹਨਾ ਕਰਕੇ ਉਹਨਾਂ ਦੇ ਨਾਲ ਜ਼ਿਆਤੀ ਕਰਦਾ ਸੀ ਔਰ ਨਾਲ ਫਿਰ ਤਸ਼ੱਦਦ ਕਰਦਾ ਸੀ ਔਰ ਉਸ ਤੋਂ ਬਾਅਦ ਫਿਰ ਗਲੀਆਂ ਦੇ ਵਿੱਚ ਉਹਨਾਂ ਨੂੰ ਬਰਹਨਾ ਕਮਾਉਂਦਾ ਵੀ ਸੀ ਇਹ ਅਲੀ আমিন ਗੰਡਾਪੋਰ ਕੋਈ 16 ਦੇ ਕਰੀਬ ਇਹਦੇ ਤੇ ਇਹ ਮੁਕਦਮਾਤ ਨੇ ਔਰ ਜਦੋਂ Imran Khan ਦੇ ਦੌਰ ਦੇ ਵਿੱਚ ਇਹ ਵਜ਼ੀਰੇ ਮੂਰੇ ਕਸ਼ਮੀਰ ਸੀ ਉਸ ਦੌਰ ਦੇ ਵਿੱਚ ਵੀ ਤਿੰਨ ਲੜਕੀਆਂ ਦੇ ਨਾਲ ਇੰਨੇ ਇਹ ਹਰਕਤ ਕੀਤੀ ਸੀ ਆਪਣੇ ਇਲਾਕੇ ਦੇ ਵਿੱਚ ਸਟੂਡੈਂਟਸ ਹਨ ਮੇਰੇ ਖਿਆਲ ਬੀਏ ਦੀਆਂ ਜਾਂ ਐਫਏ ਦੀਆਂ ਜਾਂ ਜੋ ਵੀ ਸਾਖਤਾਬ ਸੀ ਤਿੰਨ ਸੈਲੀਆਂ ਨੂੰ ਇੰਨੇ ਉਠਵਾਇਆ ਡੇਰੇ ਤੇ ਆਂਦਾ ਤਿੰਨਾਂ ਦੇ ਨਾਲ ਜ਼ਿਆਤੀ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਨੰਗਿਆਂ ਕਰਕੇ ਬਰਹਨਾ ਕਰਕੇ ਤੇ ਚੱਕਰ ਲੁਆਏ ਆਪਣੇ ਡੇਰੇ ਦੇ ارد گرد ਦੀਆਂ ਜਿਹੜਾ ਵੀ ਇਹਦਾ ਹਿਸਾਬ-ਕਿਤਾਬ ਹੈ ਇਹ ਅਜੇ ਅਗਲੇ ਦਿਨ ਦੀ ਗੱਲ ਹੈ ਇਹ 2021 ਦੀ ਗੱਲ ਹੈ ਤੇ ਇਹ ਧੰਦੇ ਉਸ ਤੋਂ ਬਾਅਦ ਤਸ਼ੱਦਦ ਕਰਨਾ ਉਹਨਾਂ ਖਵਤਿਨ ਤੇ ਔਰ ਫਿਰ ਨੰਗਿਆਂ ਉਹਨਾਂ ਨੂੰ ਕਮਾਣਾ ਔਰ ਫਿਰ ਐਲਾਨ ਕਰਨਾ ਕਿ ਕੋਈ ਬੰਦਾ ਨਾ ਕੋਈ ਵੀਡੀਓ ਬਣਾਏ ਨਾ ਕੋਈ ਫੋਟੋ ਖਿੱਚੇ ਔਰ ਬਸ ਤੁਸੀਂ ਤਮਾਸ਼ਾ ਵੇਖੋ ਇਹ ਹਰਕਤਾਂ ਐ وزیر اعلی ਪਖਤੂਨ ਹਾ ਅਲੀ আমিন ਗੰਡਾਪੁਰ ਜਿਹੜਾ ਇਹ ਕਰਦਾ ਰਿਹਾ ਔਰ ਅੱਜ ਤੱਕ ਕਰ ਰਿਹਾ ਹੈ ਆ 2 ਹਫਤੇ ਪਹਿਲੇ ਇਹਨੇ ਜਿਹੜਾ ਉਹ ਮੁੰਡਾ ਸੀ ਅਬੂ ਬਕਰ ਜਿਹਨੂੰ ਇਮਰਾਨ ਖਾਨ ਨੇ ਉਹ ਸ਼ਰਟ ਆਪਣਾ ਕਮੀਜ਼ ਜਿਹਦੀ ਤੇ ਦਸਖਤ ਕੀਤੇ ਔਰ ਉਸ ਮੁੰਡੇ ਨੇ ਉਹ ਕਮੀਜ਼ ਵੇਚਣ ਵਾਸਤੇ ਲਾਈ ਸੋਸ਼ਲ ਮੀਡੀਆ ਤੇ ਇਹ ਫੌਰਨ ਉਥੇ ਪਹੁੰਚ ਗਿਆ ਉਹਨੂੰ ਉਹਦੇ ਘਰੋਂ ਉਠਵਾਇਆ ਲੈ ਕੇ ਆਇਆ ਉਹਦੇ ਨਾਲ ਜ਼ਿਆਤੀ ਕੀਤੀ ਯਾਨੀ ਕਿ ਕੰਮ ਕੀਤਾ ਔਰ ਉਸ ਤੋਂ ਬਾਅਦ ਉਹ ਕਮੀਜ਼ ਵੀ ਖੋ ਲਈ ਤੇ ਸਾਰਾ ਕੁਝ ਖੋ ਲਿਆ ਤੇ ਇਹ ਉਹ ਅਬੂ ਬਕਰ ਉਹਦੀ ਔਰ ਉਹਦੀ ਫੈਮਲੀ ਜਿਹੜੀ ਹੈ ਉਹ ਇਸਲਾਮਾਬਾਦ ਵਫਾਕੀ ਹਕੂਮਤ ਦੀ ਤਹਿਵੀਲ ਦੇ ਵਿੱਚ ਨੇ ਉਹਨਾਂ ਦੀ ਉਹਨਾਂ ਦੇ ਜਾਨ ਨੂੰ ਖਤਰਾ ਹੋ ਗਿਆ ਯਾਨੀ ਕਿ ਉਸ ਅਬੂ ਬਕਰ ਦੇ ਨਾਲ ਵੀ ਇਹਨੇ ਉਹ ਉਹ ਜ਼ਿਆਤੀ ਜਿਹੜੀ ਹੈ ਉਹ ਕੀਤੀ ਹੈ ਔਰ ਸਾਰਾ ਕੁਝ ਜਿਹੜਾ ਉਹ ਖੋਲਿਆ ਹੈ ਦੋ ਹਫ਼ਤੇ ਤਰੇ ਹਫ਼ਤੇ ਪਹਿਲੇ ਦੀ ਗੱਲ ਹੈ ਔਰ ਉਹਦੇ ਵਾਲਦ ਨੇ ਬਿਆਨ ਦਿੱਤਾ ਕਿ ਸਾਨੂੰ ਇਹਦੇ ਕੋਲ ਬਚਾਓ ਇਹ ਵੀ ਜ਼ਿਆਤੀ ਦਾ ਪਰਚਾ ਦਰਜ ਹੈ ਵਜ਼ੀਰ ਆਲਾ ਹੁੰਦਿਆਂ ਇੱਕ ਮੁੰਡੇ ਦੇ ਨਾਲ ਇਹਨੇ ਏ ਏਜੰਸੀ ਜاتی ਜਿਹੜੀ ਇਹ ਕੀਤੀ ਹੈ ਤੇ ਇਹ ਇਹ ਤੰਦੇ ਨੇ ਤੇ ਇਹ ਸਾਖਤਾਬੇ ਤੁਸੀਂ ਤੇ ਜ਼ਹਿਰੀ ਗੱਲ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ انسان ਕਲਾਂ ਦੇ ਕਾਬਲ ਤੇ ਨਹੀਂ ਨਾ ਮਿੱਠਾ ਜੀ ਔਰ ਇੱਕ ਸੂਬੇ ਦਾ ਉਹ وزیر اعلی ਤੇ ਉਹਨੂੰ وزیر اعلی ਬਣਾਉਣ ਵਾਲਾ ਕੌਣ ਹੈ ਜਿਹੜਾ ਜੇਲ੍ਹ ਦੇ ਵਿੱਚ ਔਰ ਉਹ ਜੇਲ੍ਹ ਦੇ ਵਿੱਚ ਜਿਹੜਾ ਉਹ ਕੁੱਤੀ ਦੇ ਨਾਲ ਫੜਿਆ ਗਿਆ ਸੀ ਤੁਸੀਂ ਜਰਾ ਇਹ ਇਹਨਾਂ ਦੇ ਇਹ ਜਰਾ ਕੜੀ ਮਿਲਾਓ ਨਾ ਭਾਈ ਜਿਹੜਾ ਇਹਦਾ ਉਸਤਾਦ ਹੈ ਉਹ ਜੇਲ੍ਹ 'ਚ ਉਹ ਕੁੱਤੀ ਨਾਲ ਫੜਿਆ ਗਿਆ। ਔਰ ਕੋਈ ਕੁਝ ਸ਼ਹਾਦਤਾਂ ਦੱਸਦੀਆਂ ਨੇ ਕਿ ਬਿੱਲੀ ਦੇ ਨਾਲ ਵੀ ਉਹਨੇ ਕੀਤਾ। ਇਹ ਵੀ ਰਿਪੋਰਟਾਂ ਹਨ ਲੇਕਿਨ ਕੁੱਤੀ ਵਾਲਾ ਮਾਮਲਾ ਤਾਂ ਕਲੀਅਰ ਹੈ ਲੇਕਿਨ ਬਿੱਲੀ ਵਾਲੇ ਮਾਮਲੇ 'ਚ ਮੈਂ ਅਜੇ ਕਲੀਅਰ ਨਹੀਂ। ਮੈਂ ਅਜੇ ਉਸ ਖੋਜ ਦੇ ਵਿੱਚ ਆ। ਉਹ ਕੁੜੀ ਜਿਹੜੀ ਹੈ ਜਿਹੜੀ ਉੱਤੇ ਖਲੋਤੀ ਸੀ ਜਿਨੇ ਸੁਣ ਕੀਤੀ ਸੀ ਬਿੱਲੀ ਉਹਦੇ ਨਾਲ ਮੈਂ ਰਾਪਤੇ 'ਚ ਆ ਲੇਕਿਨ ਅਜੇ ਮੈਨੂੰ ਉਹ ਕੁਝ ਦਿਨ ਦੀ ਨਹੀਂ ਕੋਈ ਸ਼ਵਾਹਦ। ਉਹਦੇ ਕੋਲ ਚੀਜ਼ਾਂ ਮੌਜੂਦ ਨੇ ਲੇਕਿਨ ਉਹਾਂ ਦੀ ਇੱਕ ਠਹਿਰ ਕੇ। ਉਸਤਾਦ ਜਿਹੜਾ ਉਹਨੇ जानवर तक ना ਛੱਡੇ اور شاگرد ਜਿਹੜਾ ਉਹ ਖਵاتین ਨੂੰ ਆਪਣੇ ਡੇਰੇ ਤੇ ਨੰਗਿਆਂ ਕਰਕੇ ਜ਼ਿਆਤੀ ਕਰਕੇ ਤਸ਼ੱਦਦ ਕਰਕੇ ਤੇ ਡੇਰੇ دیਵਾਲੇ ਦੋਲੇ ਕਮਾਂਦਾ ਸੀ ਇਹ وزیر اعلی ਪਖਤੂਨ ਹਾਇਸ ਵਕਤ اور ਜਿਹੜੀਆਂ ਅਮਰੀਕਾ ਬਰਤਾਨੀਆ ਦੇ ਵਿੱਚ ਉਹ ਖਵاتین ਨੇ ਜਿਹੜੀਆਂ ਖਾਨ ਸਾਹਿਬ ਦੇ ਪਿੱਛੇ پاگل ਨੇ ਐਣਕਾਂ ਕਾਲੀਆਂ ਲਾ ਕੇ ਅਟੈਟ ਸ਼ਟ ਕਰਕੇ ਮਜ਼ਹਿਰ ਕਰਦੀਆਂ ਨੇ ਤੁਸੀਂ ਕਦੀ ਸੋਚਿਆ ਹੈ ਕਿ ਇਹ ਕੀ ਹੈ ਇਕ ਕੌਣ ਲੋਗ ਨੇ ਕਦੀ ਤੁਸੀਂ ਇਹ ਫਰੋਲਣ ਦੀ ਕੋਸ਼ਿਸ਼ ਕੀਤੀ ਹੈ ਮਾਈਓ ਨਹੀਂ ਕਿਉਂਗੇ ਤੁਹਾਡਾ ਖਾਤਾ ਜੂ ਖੁੱਲ ਗਏ ਲੰਗੀ ਜਾਓ ਤੇ ਖੰਗੀ ਜਾ ਬਾਈ ਜਾਨ ਇਹ ਅਲੀ ਅਮੀਨ ਗੱਡਾ ਪੁਰਾ ਦੋ ਹਫਤੇ ਪਹਿਲੇ ਅਬੂ ਬਕਰ ਨੂੰ ਕਰ ਦਿੱਤਾ ਜਿਹਨੇ ਵਿਚਾਰੇ ਨੇ ਉਹ ਸ਼ਰਟ ਜਿਹੜੀ ਕਮੀਜ਼ ਵੇਚਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਉਹਨੂੰ ਹੀ ਕਰ ਦਿੱਤਾ ਮਤਲਬ ਉਹਦੇ ਨਾਲ ਹੀ ਕੱਚਾ ਰੋਡ ਚਲਾ ਲਿਆ ਹੁਣ ਬੰਦਾ ਇੱਥੇ ਕੀ ਕਰੇ ਕਿੱਥੇ ਜਾਏ ਤੇ ਮੰਜੀ ਕਿੱਥੇ ਡੇ ਇਹ ਪਖਤੂਨਹਾ ਦੇ ਲੋਕਾਂ ਦਾ ਕੀ ਕਸੂਰ ਹੈ ਹਜ਼ਾਰਾ ਡਿਵੀਜ਼ਨ ਵਾਲਿਆਂ ਲੋਕਾਂ ਦਾ ਕੀ ਕਸੂਰ ਹੈ ਠੀਕ ਹੈ ਨਾ ਤੇ ਇਹ ਇਹ ਹਾਲਤ ਹੈ ਉਸਤਾਦ ਜਾਨਵਰਾਂ ਦੇ ਨਾਲ ਜਾਨਵਰੀ ਕਰਦਾ ਰਿਹਾ ਔਰ ਸ਼ਾਗਿਰ ਜਿਹੜਾ ਉਹ ਇਨਸਾਨਾਂ ਦੇ ਨਾਲ ਜਾਨਵਰੀ ਜਿਹੜੀ ਹੈ ਉਹ ਕਰ ਰਿਹਾ ਔਰ ਹਜੇ ਤੱਕ ਕਰ ਰਿਹਾ ਫੈਸਲਾ ਪਖਤੂਨਹਾ ਦੇ ਆਵਾਮ ਤੁਸੀਂ ਖੁਦ ਕਰੋ ਸਾਡਾ ਕੰਮ ਸੀ ਤੁਹਾਡੇ ਅੱਗੇ ਚੀਜ਼ਾਂ ਰੱਖ ਦੇਣੀਆਂ ਤੁਸੀਂ ਖੁਦ ਫੈਸਲਾ ਕਰੋ ਕਿ ਤੁਸੀਂ ਕਿਸ ਚੱਕਰ ਵਿੱਚ ਲੱਗੇ ਫਿਰਦੇ ਹੋ ਕੀ ਖਿਆਲ ਹੈ ਹਾਂ ਅੱਛਾ ਅੱਗੇ ਜਨਾਬ ਤੁਸੀਂ ਆਓ ਡੀ ਚੌਕ ਦੇ ਵਿੱਚ ਧਰਨੇ ਦਾ ਐਲਾਨ ਤੇ ਚਾਈਨਾ ਦੇ ਵਜ਼ੀਰ ਆਜ਼ਮ ਦਾ ਦੌਰਾ ਪਾਕਿਸਤਾਨ ਮੈਂ 2-3 ਹਫ਼ਤੇ ਪਹਿਲੇ ਤੁਹਾਡੇ ਇੱਕ ਗੁਜ਼ਾਰਿਸ਼ ਕੀਤੀ ਸੀ ਕਿ ਚਾਈਨਾ ਦਾ ਵਜ਼ੀਰ ਆਜ਼ਮ ਆ ਰਿਹਾ ਹੈ 11 ਸਾਲ ਬਾਅਦ ਪਹਿਲੀ ਦਫ਼ਾ ਔਰ ਸੀਪੈਕ 2 ਜਿਹੜਾ ਉਹਦਾ ਸਾਰਾ ਸਿਸਟਮ ਕਲੀਅਰ ਹੋਣਾ ਹੈ ਔਰ ਡਿਵੈਲਪਮੈਂਟ ਜਿਹੜੀ ਹੈ ਉਹ ਸ਼ੁਰੂ ਹੋਣੀ ਹੈ ਲੇਕਿਨ ਬਹੁਤ ਜ਼ਿਆਦਾ ਪੈਸਾ ਸੁੱਟ ਦਿੱਤਾ ਹੈ ਮਾਰਕੀਟ ਦੇ ਵਿੱਚ ਕਿ ਇਹ ਇਹਦਾ ਦੌਰਾ ਵੀ ਨਕਾਮ ਕਰਨਾ ਹੈ। ਔਰ ਹਰ ਕਿਸਮ ਦੇ ਹੰਗਾਮੇ ਔਰ ਚੀਜ਼ਾਂ ਜਿਹੜੀਆਂ ਨੇ ਉਹ ਕਰਨੀਆਂ ਨੇ ਕਿਉਂਕਿ ਸੀਪੈਕ ਵੇਚਣ ਦੇ ਤੇ ਉਸ ਪੈਸੇ ਲੈ ਇਸ 20 ਮਿਲੀਅਨ ਡਾਲਰ ਜਿਹੜੇ ਕੈਲੀਫੋਰਨੀਆ ਦੇ ਬੈਂਕ ਅਕਾਊਂਟਾਂ ਦੇ ਵਿੱਚ ਪੈਣ ਜਿਹੜੇ ਦੋ ਬੈਂਕ ਅਕਾਊਂਟ ਨੇ ਪੀਟੀਆਈ ਦੇ ਕੈਲੀਫੋਰਨੀਆ ਦੇ ਵਿੱਚ ਉਸ ਅਕਾਊਂਟ ਦੇ ਵਿੱਚ ਉਹ ਪੈਣ ਪੈਸਾ ਤੇ ਫਿਰ ਸੀਪੈਕ ਨੂੰ ਬੰਦ ਕੀਤਾ ਗਿਆ। ਚਾਈਨਾ ਦੇ ਨਾਲ ਤਲਕਾਤ ਖਰਾਬ ਕੀਤੇ ਗਏ ਤਾਰੀਖ ਵਿੱਚ ਪਹਿਲੀ ਵਾਰ ਮੈਂ ਤੈਨੂੰ ਕਿਹਾ ਸੀ ਕਿ ਜਿਵੇਂ ਜਿਵੇਂ ਚైనా ਦੇ ਵਜ਼ੀਰ ਆਜ਼ਮ ਦਾ ਦੌਰਾ ਨਜ਼ਦੀਕ ਆਏਗਾ ਤੁਸੀਂ ਵੇਖਣਾ ਕਿ ਕਿਹੜੀ ਕਿਹੜੀ ਪਾਰਟੀ ਜਿਹੜੀ ਹੈ ਉਹ ਇحتਜਾਜ ਦਾ ਐਲਾਨ ਕਰੇਗੀ ਇਹ 14 ਤਰੀਕ ਨੂੰ ਵਜ਼ੀਰ ਆਜ਼ਮ ਸਾਹਿਬ ਨੇ ਆਣਾ ਹੈ ਔਰ 15 ਤਰੀਕ ਨੂੰ ਮੇਰੇ ਖਿਆਲ ਨਾਲ ਜਾਂ 16 ਤਰੀਕ ਨੂੰ ਸ਼ੰਗਾਈ ਤਾਵਨ تنظیم ਦਾ ਵੀ ਪਾਕਿਸਤਾਨ ਦੇ ਵਿੱਚ اجلاس ਔਰ بڑے بڑے ਮਮਾਲਕ ਜਿਹੜੇ ਨੇ ਉਹਨਾਂ ਦੇ ਸਰਬਰਾਹ ਹਨ ਆ ਰਹੇ ਨੇ ਔਰ ਹਕੂਮਤ ਉਹਦੀ ਤਿਆਰੀ ਕਰ ਰਹੀ ਹੈ ਕਿੰਦਾ ਵੱਡਾ ਮੌਕਾ ਹੈ ਪਾਕਿਸਤਾਨ ਆਸਤੇ ਔਰ ਕਿੰਨੀ ਵੱਡੀ ਇੱਜ਼ਤ ਹੈ ਪਾਕਿਸਤਾਨ ਦੀ ਕਿ ਸ਼ੰਗਾਈ ਤਨਜ਼ੀਮ ਦਾ اجلاس ਉਤੋਂ ਚਾਈਨਾ ਦਾ ਵਜ਼ੀਰ ਆਜ਼ਮ ਸੀਪੈਕ 2 ਪਾਕਿਸਤਾਨ ਦੀ ਤਰੱਕੀ ਆਈਐਮਐਫ ਦਾ ਪ੍ਰੋਗਰਾਮ ਹੋ ਗਿਆ ਸਾਰੇ ਮਾਮਲੇ ਕਿੰਨੇ ਹੱਛੇ ਮੌਇਸ਼ਦ ਬੇਤਰੀ ਅਲ ਜਾਰੀ ਲੇਕਿਨ ਇਮਰਾਨ ਖਾਨ ਨੇ ਜੇਲ੍ਹ ਦੇ ਵਿੱਚੋਂ ਡੀ ਚੌਕ 'ਚ ਧਰਨਿਆਂ ਦੇਣ ਦਾ ਐਲਾਨ ਕਰ ਦਿੱਤਾ 4 ਅਕਤੂਬਰ ਨੂੰ ਡੀ ਚੌਕ 'ਹੇ ਪਹੁੰਚੋ ਔਰ ਉਥੇ ਮੁਜ਼ਾਰਾ ਕਰੋ ਤੇ ਉਸ ਤੋਂ ਬਾਅਦ ਧਰਨਾ ਦੇ ਦਿਓ। ਮਤਲਬ ਕਿ ਅਸੀਂ ਇਸ ਪਾਕਿਸਤਾਨ ਨੂੰ ਅੱਗੇ ਨਹੀਂ ਚੱਲਣ ਦੇਣਾ। ਅਸੀਂ ਇਸ ਪਾਕਿਸਤਾਨ ਨੂੰ ਤਬਾਹ ਕਰਨ ਦੇ ਪੈਸੇ ਫੜੇ ਨੇ ਉਹ ਅਸੀਂ ਹਲਾਲ ਕਰਨੇ ਨੇ। ਅਸੀਂ ਇਸ ਪਾਕਿਸਤਾਨ ਦੇ ਵਿੱਚ ਖਾਨਾ ਜੰਗੀ ਕਰਨੀ। ਅਸੀਂ ਇਸ ਪਾਕਿਸਤਾਨ ਨੂੰ ਬੰਗਲਾਦੇਸ਼, শ্রীলੰਕਾ ਬਣਾਣਾ ਹੈ। ਅਸੀਂ ਇਸ ਪਾਕਿਸਤਾਨ ਦੀ ਫੌਜ ਦੇ ਨਾਲ ਲੜਨਾ ਹੈ। ਲਸ਼ਕਰ ਕਸ਼ੀ ਕਰਨੀ। ਇਹ ਹੁਣ ਜਨਾਬ ਜੇਲ ਦੇ ਵਿੱਚੋਂ ਮੋਰੀ 420 ਨੇ 4 ਅਕਤੂਬਰ ਨੂੰ ਡੀ ਚੌਕ ਦੇ ਵਿੱਚ ਧਰਨੇ ਦਾ ਐਲਾਨ ਕਰ ਦਿੱਤਾ ਹੈ ਇਹ ਹੁਣ ਇੱਥੇ ਮੈਂ ਜਿਹੜੀ ਗੱਲ ਮੈਂ ਤੁਹਾਡੇ ਨਾਲ ਕੀਤੀ ਸੀ ਕਿ ਚਾਈਨਾ ਦਾ ਵਜ਼ੀਰ ਆਜ਼ਮ ਯਾਂ ਹੀ ਕਰੀਬ ਆਏਗਾ ਤੇ ਇਹ ਅੱਗ ਬਦਾਨ ਦੇ ਤਾਂ ਕਿ ਉਹ ਮਵਾਦੇ ਨਾ ਹੋਣ ਔਰ ਉਹਨਾਂ ਨੂੰ ਇਹ ਪਤਾ ਲੱਗੇ ਕਿ ਇਹ ਆਪਸ ਵਿੱਚ ਪਰ ਲੜਦੇ ਨੇ ਤੇ ਅਸੀਂ ਇੱਥੇ 60 ਅਰਬ ਡਾਲਰ ਦੀ ਇਨਵੈਸਟਮੈਂਟ ਕਿਉਂ ਕਰੀਏ ਇਹ ਉਹਨਾਂ ਦੇ ਉਹਨਾਂ ਨੂੰ ਬੱਦ ਜਨ ਕਰਨ ਦੀ ਲੇਕਿਨ ਉਹ ਸਮਝਦਾਰ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਕਿੰਨਾ ਕੁ ਟੋਲਾ ਹੈ ਔਰ ਕਿਸ ਤਰ੍ਹਾਂ ਇਹਨਾਂ ਨੂੰ ਅਸੀਂ ਖਤਮ ਕਰ ਸਕਨੇ ਆ ਮਿਲ ਕੇ ਤੇ ਇਹ ਹੁਣ ਡੀ ਉਧਰੋਂ ਡੀ ਚੌਕ 'ਚ ਐਲਾਨ ਕਰ ਦਿੱਤਾ ਉਧਰੋਂ ਪੂਰ ਤਸ਼ੱਦਦ ਹਿਸਾਬ ਕਤਬ ਹੋਏਗਾ ਔਰ 70 ਤੋਂ 80 100 ਦੇ ਕਰੀਬ ਲੋਕ ਮਾਰਨ ਦਾ ਪਲਾਨ ਉਸ ਡੀ ਚੌਕ ਦੇ ਏਰੀਆ ਦੇ ਵਿੱਚ ਹਾਲਾਂਕਿ ਜ਼ਹਿਰੀ ਗੱਲ ਹੈ ਡੀ ਚੌਕ ਤੱਕ ਇਹਨਾਂ ਨੂੰ ਕਿੰਨੇ ਪਹੁੰਚਣ ਦੇਣਾ ਲੇਕਿਨ ਇਹਨਾਂ ਤੇ ਐਲਾਨ ਕਰ ਦਿੱਤਾ ਪਖਤੂਨ ਹਾ ਦੀ ਹਕੂਮਤ ਦੇ ਵਸਾਲ ਇਸਤੇਮਾਲ ਕਰਕੇ ਉਹੀ 2 ਢਾਈ 3 ਹਜ਼ਾਰ ਅਫਗਾਨੀ ਲਿਆਏ ਜਾਣਗੇ ਕਿਉਂਕਿ ਬਾਕੀ ਕਿਸੇ ਜਗ੍ਹਾ ਤੋਂ ਕੋਈ ਬੰਦਾ ਨਹੀਂ ਆਏਗਾ ਨਾ 라ਵਲਪਿੰਡੀ ਚੋਂ ਕੋਈ ਆਏਗਾ ਨਾ ਇਸਲਾਮਾਬਾਦ ਦੇ ਵਿੱਚੋਂ ਕੋਈ ਆਏਗਾ 라ਵਲਪਿੰਡੀ ਔਰ ਇਸਲਾਮਾਬਾਦ ਦੇ ਵਿੱਚ ਹਜ਼ਾਰ 2 ਹਜ਼ਾਰ ਅਫਗਾਨੀ ਨਿਕਲਣਗੇ ਔਰ ਇਹ ਲੋਕ ਛੁਪੇ ਹੋਣਗੇ ਕਾਇਦੇ ਆਜ਼ਮ ਯੂਨੀਵਰਸਿਟੀ ਦੇ ਹੋਸਟਲਾਂ ਦੇ ਵਿੱਚ ਇਹ ਮੈਂ ਵਫਾਕੀ ਹਕੂਮਤ ਤੁਹਾਡੇ ਅੱਗੇ ਇਹ ਮੈਂ ਤੁਹਾਨੂੰ ਇੱਕ ਟਿਪ ਦਿੰਦਾ ਕਾਇਦੇ ਆਜ਼ਮ ਯੂਨੀਵਰਸਿਟੀ ਦੇ ਹੌਸਟਲਾਂ ਦੇ ਵਿੱਚ ਅਫਗਾਨੀ ਹਜ਼ਾਰ 2000 ਤਾਂ ਨੂੰ ਛੁਪੇ ਮਿਲਣਗੇ ਅਗਲੇ 2-3 ਦਿਨ ਦੇ ਵਿੱਚ ਉੱਥੋਂ ਇਹ ਨਿਕਲ ਕੇ ਤੇ ਡੀ ਚੌਕ ਦਾ ਲਸ਼ਕਰ ਕਸ਼ੀ ਕਰਨ ਦੀ ਕੋਸ਼ਿਸ਼ ਕਰਨਗੇ ਔਰ ਪੁਲਿਸ ਤੇ ਪਥਰਾਉ ਕਰਨਗੇ ਧਿਆਨ ਆਪਣਾ ਉਧਰ ਕਰ ਲੈਣਾ ਤੇ ਇਹ ਰਿਆਸਤ ਪਾਕਿਸਤਾਨ ਜਿਹੜੀ ਇਹ ਜ਼ਹਿਰੀ ਗੱਲ ਹੈ ਐਡਾ ਵੱਡਾ ਇਵੈਂਟ ਹੋ ਰਿਹਾ ਪਾਕਿਸਤਾਨ ਵਿੱਚ ਸ਼ੰਗਾਈ ਤਾਵਨ ਤਨਜ਼ੀਮ ਜਿਹੜੀ ਹੈ ਉਹਦਾ اجلاس ਦਰਜਨਾ ਦੇ ਹਿਸਾਬ ਤੇ ਮਮਾਲਕ ਨੇ ਉਹਦੇ ਸ਼ਿਰਕਤ ਕਰਨੀ ਚਾਈਨਾ ਦਾ ਵਜ਼ੀਰ ਆਜ਼ਮ ਆ ਰਿਹਾ بس 11 ਸਾਲ ਬਾਅਦ ਮਾਮਲੇ ਅੱਗੇ ਚੱਲਨੇ ਨੇ ਪਾਕਿਸਤਾਨ ਦੀ ਮੁਹਿਸ਼ਰ ਦੇ ਬੇਤਰੀ ਦੇ ਤੇ ਇਹ ਐਲਾਨ ਕਰ ਦਿੱਤਾ ਗਿਆ ਜੇਲ੍ਹ ਦੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਇਹ ਹਰ ਸੂਰਤ ਕੋਸ਼ਿਸ਼ ਕੀਤੀ ਜਾਏਗੀ ਕਿ ਇਹ ਇਹ ਖਾਤਾ ਖਤਮ ਕੀਤਾ ਜਾਏ ਦੁਬਾਰਾ ਚਾਈਨਾ ਦੇ ਵਜ਼ੀਰ ਆਜ਼ਮ ਦੇ ਦੌਰੇ ਨੂੰ ਮਤਨਾਜ਼ਾ ਕੀਤਾ ਜਾਏ ਰੋਕਿਆ ਜਾਏ ਰੋਕਣ ਦੀ ਕੋਸ਼ਿਸ਼ ਕੀਤੀ ਜਾਏ 100 ਦੇ ਕਰੀਬ ਬੰਦਾ ਮਾਰਨ ਦਾ ਪਲਾਨ ਹੈ ਤੇ ਹਕੂਮਤ ਅੱਗੇ ਵੀ ਗੁਜ਼ਾਰਿਸ਼ ਹੈ ਕਿ ਆਪਣੇ ਕੋੜੇ ਪੀੜ ਲੋ ਅਰ ਮੈਂ ਸਮਝਾ ਕਿ ਇੱਥੇ ਹੁਣ ਸਾਨੂੰ ਇਹ ਦਫਾ 144 ਨਹੀਂ ਅ 245 ਆਰਟੀਕਲ ਜਿਹੜਾ ਉਹਦਾ ਨਿਫਾਜ਼ ਕਰਕੇ ਤੇ ਜਿਸ ਤਰ੍ਹਾਂ ਉਹ ਆਰਡਰ ਸੀ ਰਨ ਵਾਸ਼ੀਫ ਸਾਹਿਬ ਦਾ 2014 ਚ ਕਿ ਜਿੱਥੇ ਕੋਈ ਖਾਰਜੀ ਮਿਲੇ ਉੱਥੇ ਉਹਨੂੰ ਖਤਮ ਕਰ ਦਿਓ ਤੇ ਆਰਟੀਕਲ 245 ਲਾ ਕੇ ਜਿੱਥੇ ਮਿਲੇ ਕੋਈ ਉੱਥੇ ਖਤਮ ਕਰ ਦਿਓ ਇਹ ਤੁਹਾਨੂੰ ਕਰਨਾ ਪੈਣਾ ਇਹ ਮੈਂ ਤੁਹਾਨੂੰ ਦੱਸ ਤੇ ਆ ਇਕ ਕਿਸੇ ਕੋਲੋਂ ਡਰਨ ਦੀ ਜ਼ਰੂਰਤ ਨਹੀਂ ਫਰਾਂਸ ਦੇ ਵਿੱਚ ਇਹ ਇਹ ਮਾਮਲਾ ਆਇਆ ਉਹਨਾਂ ਨੇ ਆਪਣੇ ਮੁਲਕ ਦਾ ਆਰਟੀਕਲ ਲਾ ਕੇ ਕਿੰਨਾ ਦਿਨਾਂ ਦੇ ਵਿੱਚ ਸੈਂਕੜਿਆਂ ਦੇ ਹਿਸਾਬ ਤੇ ਮਾਰ ਦਿੱਤੇ ਔਰ ਹਜ਼ਾਰਾਂ ਦੇ ਹਿਸਾਬ ਤੇ ਪੰਜੀ-ਪੰਜੀ ਸਾਲ ਦੀ ਕੈਦ ਸੁਣਾ ਦਿੱਤੀ ਤਿੰਨਾਂ ਦਿਨਾਂ ਦੇ ਵਿੱਚ ਬਰਤਾਨੀਆ ਦੇ ਵਿੱਚ ਹੋਏ ਤਿੰਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਸੈਂਕੜਿਆਂ ਦੇ ਹਿਸਾਬ ਤੇ ਖੜਕਾ ਦਿੱਤੇ ਔਰ ਹਜ਼ਾਰਾਂ ਦੇ ਹਿਸਾਬ ਤੇ 20-20 ਪੰਜੀ-ਪੰਜੀ ਸਾਲ ਕੈਦ ਸੁਣਾ ਦਿੱਤੀ ਰਿਆਸਤ ਆਪਣੀ ਆਵਾਮ ਆਪਣਾ ਨੇ ਆਪਣਾ ਵਤਨ ਇਸ ਤਰ੍ਹਾਂ ਹਫਾਜ਼ਤ ਕਰਦੀ ਹੈ ਆਰਟੀਕਲ 245 ਲਾ ਕੇ ਜਿੱਥੇ ਕੋਈ ਨਜ਼ਰ ਆਏ ਉੱਥੇ ਖੜਕਾ ਦੇ ਗੱਲ ਖਤਮ ਪਾਕਿਸਤਾਨ ਦੀ ਸਲਾਮਤੀ ਦਾ ਮਾਮਲਾ ਹੈ ਭਾਈ ਕਿੰਨੇ ਬੋਲਣਾ ਕਿੰਨੇ ਆਵਾਜ਼ ਉਠਾਣੀ ਕਿੰਨੇ ਕਿਸੇ ਕੀ ਕਹਿਣਾ ਕਿ ਆ ਫਰਾਂਸ ਦੇ ਵਿੱਚ ਕਿਸੇ ਨੇ ਆਵਾਜ਼ ਉਠਾਈ ਕਿ ਤੁਸੀਂ ਇਹ ਕੀ ਕੀਤਾ ਬਰਤਾਨੀਆ ਦੇ ਵਿੱਚ ਕਿਸੇ ਨੇ ਕਿਸੇ ਨੂੰ ਕਿਹਾ ਕਿ ਤੁਸੀਂ ਇਹ ਕੀ ਕੀਤਾ ਭਾਈ ਨਹੀਂ ਕਹਿਣ ਦਿੰਦੇ ਅਗਲੇ ਕਹਿੰਦੇ ਨੇ ਸਾਡੇ ਮੁਲਕ ਦੀ ਸਲਾਮਤੀ ਦਾ ਮਾਮਲਾ ਪਿੱਛੇ हट ਜਾ ਇਸ ਵਾਸਤੇ 245 ਲੱਖ ਜਿੱਥੇ ਮਿਲੇ ਖਰਜੀ ਅਯੂਥਿਆ ਚੁੱਕ ਦਿਓ ਬਹੁਤ ਸ਼ੁਕਰੀਆ